ਸਿੱਖ ਵਿਰਾਸਤ ਤੇ ਪੰਜਾਬੀ ਵਿਰਾਸਤ ਦੇ ਵਿੱਚ ਫਰਕ ਹੈ। ਪੰਜਾਬੀ ਵਿਰਾਸਤ ਨੂੰ ਸਿੱਖ ਵੀ ਮੰਨਦੇ ਆ, ਹਿੰਦੂ ਵੀ ਜਿਹੜੇ ਆ ਫਾਲੋ ਕਰਦੇ ਆ, ਮੁਸਲਮਾਨ ਵੀ ਫਾਲੋ ਕਰਦੇ ਆ ਜਿਹੜੇ ਵੀ ਪੰਜਾਬ ਦੇ ਵਿੱਚ ਰਹਿੰਦੇ ਆ। ਪਿਛਲੇ ਕੁਝ ਸਮਾਂ ਪਹਿਲਾਂ ਸ਼ਰਾਬ ਆਦਿਕ ਨਸ਼ੇ ਜਿਹਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ ਸੱਭਿਅਕ ਸਮਾਜ ਵੱਲੋਂ, ਉਹਨਾਂ ਨੂੰ ਵੀ ਪੰਜਾਬੀ ਸੱਭਿਆਚਾਰ ਦਾ ਕੁਝ ਗਾਇਕਾਂ ਵੱਲੋਂ ਅੰਗ ਬਣਾ ਕੇ ਪੇਸ਼ ਕਰਨ ਦੇ ਯਤਨ ਜਿਹੜੇ ਆ ਹੋਏ ਆ। ਪਰ ਜਿਹੜਾ ਸਿੱਖ ਸੱਭਿਆਚਾਰ ਹੈ ਇਹ ਨਿਰੋਲ ਧਾਰਮਿਕ ਸੱਭਿਆਚਾਰ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕਰਵਾਇਆ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰੀ ਜਿਹੜੀ ਹੈ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਈ ਹੈ ਅਤੇ ਇਸ ਕਰਕੇ ਜਿਹੜੇ ਰਸਤੇ ਜਿਹੜੇ ਹੈ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਆਉਂਦੇ ਨੇ ਉਹਨਾਂ ਰਸਤਿਆਂ ਦੇ ਉੱਤੇ ਸਿੱਖ ਵਿਰਾਸਤ ਨਾਲ ਸੰਬੰਧਿਤ ਹੀ ਚੀਜ਼ਾਂ ਜਿਹੜੀਆਂ ਨੇ ਉਹ ਲੱਗਣੀਆਂ ਚਾਹੀਦੀਆਂ ਨੇ, ਜਿਹੜੀਆਂ ਸਿੱਖ ਸੰਗਤਾਂ ਨੂੰ ਚੰਗੀਆਂ ਲੱਗਣ ਔਰ ਧਾਰਮਿਕ ਚੇਤਨਾ ਜਿਹੜੀ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੇ ਮਨ ਦੇ ਵਿੱਚ ਪੈਦਾ ਹੋਵੇ। ਅਤੇ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਇਹ ਜਿਹੜੇ ਬੁੱਤ ਲੱਗੇ ਸੀ ਜਿਹੜੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਸੀ, ਸਿੱਖ ਕਲਚਰ ਨੂੰ ਜਿਹੜਾ ਹੈ ਉਹ ਪ੍ਰਮੋਟ ਨਹੀਂ ਸੀ ਕਰਦੇ, ਸਿੱਖ ਭਾਵਨਾਵਾਂ ਜਿਹੜੀਆਂ ਹੈ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀਆਂ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮੈਂਬਰੀ ਕਮੇਟੀ ਬਣਾਈ ਹੈ ਜਿਹਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਹ ਕਮੇਟੀ ਜਿਹੜੀ ਹੈ 5 ਦਿਨਾਂ ਦੇ ਅੰਦਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਇਹਨਾਂ ਬੁੱਤਾਂ ਨੂੰ ਜਿਹੜਾ ਹੈ ਉਹ ਰਿਪਲੇਸ ਕਰਨ ਦਾ ਯਤਨ ਕਰੇਗੀ ਅਤੇ ਇਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਸਿੱਖ ਸਿੰਬਲ ਜਾਂ ਕੋਈ ਸਿੱਖ ਯੋਧੇ ਦੀ ਜਿਹੜੀ ਹੈ ਕੋਈ ਬੁੱਤ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਸਿੱਖ ਸੱਭਿਆਚਾਰ ਨੂੰ ਪ੍ਰਸਤੁਤ ਕਰਦੀ ਹੋਵੇ ਜਾਂ ਸਿੱਖ ਇਤਿਹਾਸ ਨੂੰ ਜਿਹੜਾ ਪ੍ਰਸਤੁਤ ਕਰਦੀ ਹੋਵੇ ਉਹ ਜਿਹੜੀ ਹੈ ਲਗਾਈ ਜਾਵੇ ਅਤੇ ਉਮੀਦ ਹੈ ਕਿ ਇਹ ਮਸਲਾ ਜਿਹੜਾ ਹੱਲ ਹੋਏਗਾ।